ਸਤਿ ਸ਼੍ਰੀ ਅਕਾਲ ਜੀ, ਨਿਊਜ਼ ਲਾਈਨ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਆਮ ਤੌਰ 'ਤੇ ਅਸੀਂ ਦੇਖਦੇ ਹਾਂ ਕਿ ਸੋਸ਼ਲ ਮੀਡੀਆ ਉੱਪਰ ਕਦੇ ਚਾਏ ਪੀ ਲਓ ਵਾਲੀ, ਕਦੇ ਕੀ ਡਾਂਸ ਚੈਲੰਜ ਵਾਲੀ ਕੋਈ ਨਾ ਕੋਈ ਵੀਡੀਓ ਆਏ ਦਿਨ ਵਾਇਰਲ ਹੁੰਦੀ ਰਹਿੰਦੀ ਹੈ। ਇਸ ਤਰ੍ਹਾਂ ਹੀ ਪਿਛਲੇ ਕਈ ਦਿਨਾਂ ਤੋਂ ਬੈਂਸ ਕੈਲੀਫੋਰਨੀਆ ਵਾਲੀ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ਦੀ ਸ਼ੁਰੂਆਤ ਇੰਸਟਾਗ੍ਰਾਮ ਤੋਂ ਹੋਈ ਸੀ, ਜਿਸ ਵਿੱਚ ਇੱਕ ਲੜਕੀ ਇੰਸਟਾਗ੍ਰਾਮ ਉੱਪਰ ਲਾਈਵ ਹੋ ਕੇ ਇੱਕ ਲੜਕੀ ਨੂੰ ਸ਼ਰੇਆਮ ਗੰਦੀਆਂ ਗਾਲਾਂ ਕੱਢ ਰਹੀ ਹੈ। ਗਾਲ ਆ ਗਏ ਮੇਰੀ ਉਹਦੀ, ਉਹਦੇ ਨਾਲ ਇੱਕ ਮੋਟੀ ਹੁੰਦੀ ਆ, ਮੈਂ ਤੂੰ ਆਈਫੋਨ ਮੰਗਦੀ ਸੀ, ਏਦਾਂ ਔਕਾਤ ਵੀ ਹੈਗੀ ਆ ਕਿ ਤੈਨੂੰ ਆਈਫੋਨ ਲੈ ਕੇ ਦੇਣ ਦੀ? ਭੌਂਕ ਰਿਹਾ ਤੂੰ ਕੁੱਤੇ ਵਾਂਗੂ ਇੱਥੇ ਬੈਠਾ। ਮੈਂ ਏਦਾਂ ਮੈਂ ਉਦਾਂ ਕਹਿੰਦਾ ਤੇਰੇ ਵਰਗੇ 36 ਬੰਦੇ ਦੇਖਿਆ ਲੰਡੂ ਜਿਹੜੇ ਤੁਰੇ ਫਿਰਦੇ ਆ ਇੱਥੇ, ਮੈਂ 36 ਮੈਨੂੰ ਕਹਿੰਦਾ ਅਗੇ ਯੋ ਲਾਈਕ ਯੂ ਗੈਸ ਨੋ। ਮੈਂ ਅੱਗੇ ਮੈਂ ਮੇਰੀ ਅੱਗੇ ਕੀ ਗੱਲਬਾਤ ਸੀਗੀ, ਮੇਰੀ ਹੁਣ ਕੀ ਗੱਲਬਾਤ ਆ? ਮੈਂ ਕਿਹਾ ਇਹਨੂੰ ਚੱਲਦੀ ਕਿਤੇ ਹੁਣ ਕੁਛ ਕਹਿੰਦੀ ਨੀ ਆ, ਗੱਲ ਤੋਂ ਨਾ ਕਰ ਲੈਂਦੇ ਜੋ ਕਰਦਾ ਆਹੋ। ਕਹਿੰਦਾ ਮੈਂ ਉਹਦੇ ਘਰੇ ਦੱਸਦਾ, ਉਹਦੇ ਭਰਾਵਾਂ ਨੇ ਏਦਾਂ, ਉਹਦੇ ਭਰਾਵਾਂ ਨੇ ਓਦਾਂ, ਇੱਕ ਲਫੇੜਾ ਵੱਜਣਾ ਤੇਰੇ ਆ ਜਾਣਾ ਸਾਲਿਆ, ਹੱਡੀਆਂ ਦੀ ਮੋਠੀਆਂ ਕਰਕੇ ਅੜਾ ਦੂ ਮੈਂ ਤੈਨੂੰ। ਦੱਸ ਕਰੋ ਜਨਾਬ, ਨਹੀਂ ਯਾਰ ਤੂੰ ਕਹਿ ਰਿਹਾ ਕਿਹਦੇ ਨਾਲ ਗੱਲ ਕਰਾਂ ਮੈਂ ਤੇਰੀ? ਤੇਰਾ ਲੈ ਜਿਹਨੂੰ ਲੈਣਾ ਸਾਰਾ ਕੈਲੀਫੋਰਨੀਆ ਮੈਨੂੰ ਜਾਣਦਾ, ਕਰ ਲਾ ਜਿਹਨੂੰ ਫੋਨ ਕਰਨਾ ਕਾਨਫਰੰਸ ਬੈਨ ਸੇ ਆ ਦੋਗੇ ਫੋਨ ਤੇ ਕਰ ਲੋ ਜਿਹਨੇ ਗੱਲ ਕਰਨੀ ਆ। ਆਇਆ ਟੱਪੀ ਆਂਦਾ ਟਪੂਸੀਆਂ ਮਾਰਦਾ ਉਹਦਾ ਲਾਈਵ ਤੇ, ਕਹਿੰਦਾ ਮੇਰੇ ਬਾਰੇ ਗੱਲ ਕਰਨੀ ਮੈਨੂੰ ਐਡ ਕਰ ਫਿਰ ਤੇਰੀ ਇਸ ਵੀਡੀਓ ਉੱਪਰ। ਲੋਕਾਂ ਨੇ ਬੈਂਸ ਨੂੰ ਕਈ ਕਮੈਂਟ ਵੀ ਕੀਤੇ ਅਤੇ ਕਈ ਕਮੈਂਟ ਤਾਂ ਇਹਨਾਂ ਵਿੱਚੋਂ ਅਸ਼ਲੀਲ ਵੀ ਸਨ, ਜਿਨ੍ਹਾਂ ਨੂੰ ਦੇਖ ਕੇ ਲੜਕੀ ਹੋਰ ਭੜਕ ਉੱਠੀ ਅਤੇ ਕਮੈਂਟ ਕਰਨ ਵਾਲਿਆਂ ਨੂੰ ਉਸੇ ਲਾਈਵ ਵਿੱਚ ਹੀ ਗਾਲਾਂ ਕੱਢਣ ਲੱਗੀ। ਇਸ ਤੋਂ ਬਾਅਦ ਇਹ ਸਾਰਾ ਮਾਮਲਾ ਭੜਕ ਗਿਆ। ਲੋਕਾਂ ਨੇ ਇਸ ਲੜਕੀ ਦੀ ਵੀਡੀਓ ਨੂੰ ਇੰਸਟਾਗ੍ਰਾਮ ਅਤੇ ਫੇਸਬੁੱਕ ਤੇ ਫੇਕ ਅਕਾਊਂਟਸ ਬਣਾ ਕੇ ਸ਼ੇਅਰ ਕਰਨਾ ਸ਼ੁਰੂ ਕਰ ਦਿੱਤਾ। ਉਸ ਤੋਂ ਬਾਅਦ ਜਦੋਂ ਲੜਕੀ ਨੂੰ ਉਸਦੇ ਨਾਲ ਵਾਲਿਆਂ ਨੇ ਦੱਸਿਆ ਕਿ ਉਸ ਦੀਆਂ ਵੀਡੀਓਜ਼ ਲੋਕਾਂ ਨੇ ਵਾਇਰਲ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ, ਤਾਂ ਫਿਰ ਤੋਂ ਬੈਂਸ ਨੇ ਲਾਈਵ ਹੋ ਕੇ ਦੱਸਣ ਵਾਲਿਆਂ ਨੂੰ ਹੀ ਪੁੱਠਾ ਸਿੱਧਾ ਬੋਲਿਆ ਅਤੇ ਨਾਲ ਹੀ ਲਾਈਵ ਵਿੱਚ ਆਪਣੇ ਨਾਲ ਵਾਲਿਆਂ ਤੇ ਇਲਜ਼ਾਮ ਲਾਇਆ ਕਿ ਉਹ ਆਪਣੀ ਲੋੜ ਵੇਲੇ ਬੈਂਸ ਕੋਲ ਆ ਜਾਂਦੇ, ਹੁਣ ਉਸ ਨੂੰ ਉਹਨਾਂ ਦੀ ਲੋੜ ਸੀ ਤਾਂ ਉਹ ਮਦਦ ਕਰਨ ਲਈ ਨਹੀਂ ਆਏ, ਹਾਲਾਂਕਿ ਉਹ ਆਪ ਸਭ ਦੀ ਮਦਦ ਕਰਦੀ ਹੈ। ਫਿਰ ਮੈਨੂੰ ਫੋਨ ਤੇ ਫੋਨ, ਬੈਂਸ ਤੇਰੀ ਵੀਡੀਓ ਪੈ ਗਈ ਓਏ, ਮੈਂ ਤੇ ਮੈਸੇਜ ਆ ਕੀ ਚੱਕਰ ਪੈ ਗਿਆ, ਬੈਂਸ ਤੇਰੀ ਵੀਡੀਓ ਪੈ ਗਈ ਬੈਂਸ ਲਾਈਕ ਸਟ੍ਰੇਟ ਅਪ ਦੈਟਸ ਆਲ ਆਮ ਗੋਇੰਗ ਟੂ ਸੇ ਓਕੇ ਪੈ ਗਈ ਤਾਂ ਫਿਰ ਪੈ ਗਈ, ਵਾਟ ਯੂ ਵਾਂਟ ਐਨੀ ਕੇਅਰ ਕਰਦੇ ਕਰਾ ਦੋ ਉਹਨੂੰ ਆਲ ਆ ਦੀ ਬੀ ਲਾਈਕ ਆਹ ਤੂੰ ਇਦਾਂ ਤੂੰ ਸਾਡੀ ਬੈਸਟ ਫਰੈਂਡ ਆ ਜਿਸ ਨਾ ਜਦੋਂ ਕਿਸੇ ਦੀ ਲੋੜ ਹੁੰਦੀ ਆ ਉਦੋਂ ਪਤਾ ਨਹੀਂ, ਜਦੋਂ ਆਪ ਨੂੰ ਲੋੜ ਹੁੰਦੀ ਆ ਯਾਰ ਬੈਂਸ ਕੰਮ ਕਰਦੇ ਯਾਰ ਬੈਂਸ ਕੰਮ ਕਰਦੇ ਯਾਰ ਇੱਦਾਂ ਕਰਦੇ ਉੱਦਾਂ ਕਰਦੇ, ਹੁਣ ਟਾਈਮ ਤੋਂ ਮੈਂ ਖੁਦ ਦੇ ਉੱਤੇ ਕੰਮ ਕਰ ਰਹੀ ਹਾਂ ਲਾਈਕ ਜਿਹੜੇ ਅਸੀਂ ਲਾਈਵ ਚ ਅੱਜ ਬੈਠੇ ਵੀ ਆ ਮੈਂ ਕਿੰਨੀ ਚੇਂਜ ਹੋਈ ਆ ਲਾਈਕ। ਤੁਹਾਨੂੰ ਇਸ ਮਾਮਲੇ ਵਿੱਚ ਕੀ ਸੱਚਾਈ ਲੱਗਦੀ ਹੈ ਆਪਣੀ ਰਾਏ ਕਮੈਂਟ ਬਾਕਸ ਵਿੱਚ ਜ਼ਰੂਰ ਦਿਓ। ਜਿਵੇਂ ਹੀ ਕੋਈ ਹੋਰ ਅਪਡੇਟ ਆਉਂਦੀ ਹੈ ਅਸੀਂ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰਾਂਗੇ। ਹੋਰ ਅਪਡੇਟਸ ਦੇਖਣ ਲਈ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਹੀ ਘੰਟੀ ਵਾਲੇ ਬਟਨ ਨੂੰ ਦਬਾਉਣਾ ਨਾ ਭੁੱਲਣਾ, ਤਾਂ ਜੋ ਹਰ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੀ ਮੋਬਾਈਲ ਸਕਰੀਨ 'ਤੇ ਮਿਲ ਸਕੇ। ਤੁਹਾਡਾ ਦਿਨ ਸ਼ੁਭ ਰਹੇ, ਧੰਨਵਾਦ।